ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿggi ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਤ ਸੰਗਤ ਜਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਇਨਾਂ ਪਾਵਨ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਬਾਣੀ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਵਚਨ ਸਵਈਏ ਸ਼੍ਰੀ ਮੁਖਵਾਕ ਮਹਲਾ 5 ਇਹਨਾਂ ਪਾਵਨ ਅੰਮ੍ਰਿਤ ਵਚਨਾਂ ਦੀ ਵਿਚਾਰ ਆਪ ਜੀ ਸਰਵਨ ਕਰ ਰਹੇ ਹੋ جس مضمون نو ਬਾਣੀ ਦੇ ਵਿੱਚੋਂ ਪੜ੍ਹਦੇ ਅਸੀਂ ਆਮ ਤੌਰ ਤੇ ਇਹ ਸ਼ਬਦ ਵਰਤਨੇ ਆ ਕਿ ਪਟ ਸਹਿਬਾਨਾਂ ਦੀ مبارک ਰਚਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਪਟਾਂ ਦੀ ਬਾਣੀ ਤੋਂ ਪਹਿਲਾਂ ਧੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸਤਿਗੁਰਾਂ ਦੀ مبارک ਰਚਨਾ ਤੋਂ ਉਚਾਰਨ ਕੀਤੇ ਪਾਵਨ ਸਵਈਏ ਨੇ ਜਿੰਨਾ ਵਿੱਚੋਂ ਇੱਕ ਸਰਲੇਖ ਦੇ ਅਧੀਨ ਆਉਣ ਵਾਲੇ 9 ਸਵਈਆਂ ਦੀ ਵਿਚਾਰ ਆਪਾਂ ਪਿਛਲੇ ਦਿਵਾਨਾ ਵਿੱਚ ਸੰਪੂਰਨ ਕੀਤੀ ਹੈ ਹੁਣ ਇਸ ਸਰਲੇਖ ਦੇ ਅਧੀਨ ਵੀ ਤਕਰੀਬਨ 11 ਸਵਈਏ ਨੇ ਜਿੰਨਾ ਵਿੱਚੋਂ ਅੱਜ ਪਹਿਲੇ ਸਵਈਏ ਦਾ ਪਾਠ ਆਪ ਜੀ ਨੇ ਬੜੇ ਪਿਆਰ ਬੜੇ ਸਤਕਾਰ ਤੇ ਬੜੀ ਇਕਾਗਰਤਾ ਦੇ ਨਾਲ ਸਰਵਨ ਕੀਤਾ ਹੈ ਸਤਿਗੁਰਾਂ ਦੇ ਇਹ ਪਾਵਨ ਬਚਨ ਕਾਚੀ ਦੇਹ ਮੋਹ ਫੁਨ ਬਾਂਦੀ 60 ਕਠੋਰ ਕੁਚੀਲ ਕੁਗਿਆਨੀ ਤਾਵਤ ਪ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਇਹ ਨਾ ਪਾਵਨ ਬਚਨਾਂ ਦੀ ਵਿਚਾਰ ਆਪ ਰਲ ਮਿਲ ਕੇ ਸਤਿਗੁਰ ਦੀ ਕਿਰਪਾ ਨਾਲ ਸਾਧ ਸੰਗਤ ਜੀ ਸਾਂਝੀ ਕਰਨੀ ਹੈ ਆਉ ਆਪ ਜਿਤਨੇ ਤਨ ਸਤਗੁਰ ਕੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ ਕਰੋ ਕਿਰਪਾ ਸਤਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਪਿਆਰ ਔਰ ਸਤਕਾਰ ਦੇ ਨਾਲ ਸਤਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ ਜੀ ਕਰੋ ਕਿਰਪਾ ਬੁਲਾਓ ਫਤਿਹ ਜੀ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਜੋ ਸਤਿਗੁਰਾਂ ਨੇ ਇਸ ਪਾਵਨ ਸਵਈਏ ਦੇ ਅੰਦਰ ਸਾਡੇ ਸਾਹਮਣੇ ਵਿਚਾਰ ਰੱਖੀ ਹੈ ਇਸ ਸਵਈਏ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਪਣੇ ਅੰਦਰ ਦੀ ਅਵਸਥਾ ਨੂੰ ਕਿਉਂਕਿ ਗੁਰੂ ਸਹਿਬਾਨ ਜਦੋਂ ਬਾਣੀ ਦੇ ਅੰਦਰ ਆਪਣੇ ਲਈ ਕੋਈ ਸ਼ਬਦ ਵਰਤਦੇ ਨੇ ਉਹ ਸਤਗੁਰੂ ਜੀ ਸਾਡੇ ਸੰਸਾਰਿਕ ਜੀਵਨ ਦੇ ਅੰਦਰ ਨੂੰ ਫੋਲ ਕੇ ਰੱਖਦੇ ਨੇ ਵੇਖੋ ਬਾਣੀ ਦੇ ਅੰਦਰ ਦਾ ਤਾਰਪਿਤਾ ਜੀ ਨੇ ਇਥੋਂ ਤੱਕ ਸ਼ਬਦ ਵਰਤੇ ਨੇ ਪਾਤਸ਼ਾਹ ਕਹਿੰਦੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂੰ ਦੇਸਾਂ ਮੇਰੇ ਮਾਲਕ ਜੀ ਮੈਂ ਕੀ ਤੈਨੂੰ ਮੂੰ ਦਿਖਾਵਾਂ ਦੁਸ਼ਟ ਚੋਰ ਅਸਲ ਵਿੱਚ ਸਤਗੁਰ ਪਾਤਸ਼ਾਹ ਜੀ ਸਾਡੇ ਜੀਵਨ ਦੇ ਅੰਦਰ ਨੂੰ ਕਿ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਣਾ ਹੈ ਜਦੋਂ ਅਸੀਂ ਸਤਗੁਰ ਪ੍ਰਮਾਤਮਾ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਤੇ ਅਸੀਂ ਸਤਗੁਰ ਦੇ ਚਰਨਾਂ ਦੇ ਅੰਦਰ ਇਹ ਬੇਨਤੀ ਕਰਨੀ ਹੈ ਵੀ ਮੇਰੇ ਮਾਲਕ ਜੀ ਸਾਡਾ ਆਪਣਾ ਅੰਦਰ ਕੀ ਹੈ ਇਸ ਦੁਨੀਆ ਦੇ ਅੰਦਰ ਸਾਥ ਸੰਗਤ ਇੱਕ ਗੱਲ ਚੇਤੇ ਰੱਖੀਏ ਸੰਸਾਰ ਦੇ ਅੰਦਰ ਕਿਸੇ ਬੰਦੇ ਦੇ ਪੱਲੇ ਇੱਕ ਵੀ ਗੁਣ ਨਾ ਹੋਵੇ ਉਹ ਬੰਦਾ ਵੀ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਕਰਕੇ ਬਖਾਨਦਾ ਤੇ ਜੇ ਸਤਿਗੁਰ ਕਹਿੰਦੇ ਨੇ ਤੇਰੇ ਅੰਦਰ ਲੱਖਾਂ ਹੀ ਔਗਣ ਨੇ ਔਗਣਾ ਨੂੰ ਬੰਦਾ ਕਦੇ ਵੀ ਜ਼ਾਹਰ ਨਹੀਂ ਕਰਦਾ ਪਰ ਸੱਚ ਹੈ ਗੁਣ ਇੱਕ ਵੀ ਹੋਵੇ ਤੇ ਉਸ ਗੁਣ ਦਾ बखਿਆਨ ਦੁਨੀਆ ਦੇ ਹਰ ਤਖਤੇ ਤੇ ਕਰਦਾ ਹੈ ਲੱਖਾਂ ਔਗਣਾ ਨੂੰ ਆਪਣੇ ਜੀਵਨ ਵਿੱਚ ਕਦੀ ਵੇਖਣ ਦਾ ਹੀ ਯਾਨੀ ਕਰਦਾ ਸਤਿਗੁਰ ਕਹਿੰਦੇ ਨੇ ਜੇ ਗੁਰੂ ਦੇ ਸਾਹਮਣੇ ਆਇਆ ਤੇ ਆਪਣਾ ਅੰਦਰ ਫੋਲ ਕੇ ਗੁਰੂ ਦੇ ਅੱਗੇ ਰੱਖੀ ਮੇਰੇ ਸਤਿਗੁਰੂ ਜੀ ਮੇਰੇ ਅੰਦਰ ਇਹਨੇ ਾਇਬ ਨੇ ਇਹਨੇ ਅਵਗੁਣ ਨੇ ਕਿਰਪਾ ਕਰ ਮੈਨੂੰ ਅਵਗੁਨਾ ਨਾਲ ਭਰੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਲੈ ਆਪਣੀ ਗਲਤੀ ਨੂੰ ਸਵੀਕਾਰ ਕਰਨ ਵਾਲਾ ਹੀ ਜੀਵਨ ਦੇ ਅੱਗੇ ਅੱਗੇ ਵਧਦਾ ਹੈ ਤੇ ਜਿਹੜਾ ਗਲਤੀ ਨੂੰ ਸਵੀਕਾਰ ਨਾ ਕਰੇ ਮਾਫ ਕਰਨਾ ਉਹਨੂੰ ਸਤਿਗੁਰ ਬਾਣੀ ਦੇ ਅੰਦਰ ਬੇਈਮਾਨ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਔ ਸਤਿਗੁਰਾਂ ਦੇ ਨਾ ਪਾਵਨ ਬਚਨਾਂ ਦੇ ਅੰਦਰ ਸਹਿਬ ਨੇ ਜਿਹੜੇ ਬਚਨ ਬਖਸ਼ੇ ਨੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰੇ ਮਾਲਕ ਮੈਂ ਔਗਣਾ ਨਾਲ ਪਰਿਆ ਹਾਂ ਕਠੋਰਾਂ ਮੇਰੇ ਅੰਦਰ ਕੋਈ ਗੁਣ ਨਹੀਂ ਸਤਿਗੁਰ ਜੀ ਸੁਰਤ ਕਰਕੇ ਮੈਂ ਮੈਲਾ ਹਾਂ ਅਗਿਆਨੀ ਹਾਂ ਮੂਰਖ ਹਾਂ ਸਤਿਗੁਰ ਸੰਸਾਰ ਦੇ ਅੰਦਰ ਦੇ ਪਦਾਰਥਾਂ ਦੇ ਰਸ ਅੰਦਰ ਤੇ ਜੋਬਨ ਦੇ ਮਦ ਅੰਦਰ ਮੈਂ ਤੇਰੇ ਅੰਮ੍ਰਿਤ ਗੁਣਾ ਨੂੰ ਵਿਸਾਰ ਚੁੱਕਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ। ਵੇਖੋ ਇੱਕ ਪੌਸਿਬਿਲਿਟੀ ਹੈ ਸਾਧ ਸੰਗਤ ਦੀ ਗੱਲ ਚੇਤੇ ਰੱਖਿਏ। ਬਾਣੀ ਪੜਦਿਆਂ ਅਕਸਰ ਆਮ ਬੰਦਾ ਕਹਿੰਦਾ ਹੈ ਵੀ ਸਤਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਐਸੇ ਕਰੜੇ ਬਚਨ ਕਿਉਂ ਵਰਤੇ ਨੇ? ਵੀ ਧਰਮ ਜਿਹੜਾ ਹੈ ਉਹ ਬੰਦੇ ਨੂੰ ਸਿੱਖਿਆ ਦੇਣ ਦੇ ਲਈ ਹੈ। ਤੇ ਧਿਆਨ ਦੇਣਾ ਸਿੱਖਿਆ ਦੇ ਅੰਦਰ ਸਿਰਫ ਇੱਕ ਪੱਖ ਨਹੀਂ ਆਂਦਾ। ਇਹਨਾਂ ਵੇਖੀਏ ਵੀ ਕਿਸੇ ਨੂੰ ਨਾਲ ਜੋੜਨਾ ਹੈ ਤੇ ਉਹਨੂੰ ਸਿਰਫ ਆਪਾਂ ਪੁਚਕਾਰ ਦੇ ਲਈਏ ਵੀ ਨਹੀਂ ਤੂੰ ਬੜਾ ਚੰਗਾ ਹੈ ਤੂੰ ਬੜਾ ਪਿਆਰਾ ਹੈ ਉਹਨੂੰ ਇਹ ਵੀ ਰਿਅਲਾਈਜ਼ ਕਰਾਣਾ ਪਏਗਾ ਵੀ ਭਾਈ ਤੂੰ ਚੰਗਾ ਹੈ ਪਰ ਤੂੰ ਚੰਗਾ ਤਾਂ ਹੈ ਜੇ ਤੇਰੇ ਅੰਦਰ ਦੇ ਅਵਗੁਣ ਤੇਨੂੰ ਸਮਝ ਵਿੱਚ ਆ ਗਏ ਨੇ ਤੇ ਉਹਨਾਂ ਅਵਗਣਾਂ ਨੂੰ ਤੂੰ ਆਪਣੇ ਅੰਦਰੋਂ ਦੂਰ ਕਰਨ ਦਾ ਯਤਨ ਵੀ ਕਰ ਰਿਹਾ ਹੈ ਤੂੰ ਤਾਂ ਭਲਾ ਹੈ ਜੇ ਤੂੰ ਆਪਣੇ ਆਪ ਨੂੰ ਚੇਂਜ ਕਰਦਾ ਜੇ ਤੂੰ ਆਪਣੇ ਆਪ ਨੂੰ ਬਦਲਦਾ ਤੇ ਜੇ ਤੂੰ ਆਪਣੇ ਆਪ ਨੂੰ ਬਦਲਦਾ ਨਹੀਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਭਾਵੇਂ ਤੂੰ ਕਿਤਨੀ ਵਰੀ ਗੁਰਦੁਆਰੇ ਵਿੱਚ ਆਇਆ ਹੋਵੇਂ ਭਾਵੇਂ ਤੂੰ ਕਿਤਨੇ ਸਾਲਾਂ ਤੋਂ ਆ ਰਿਹਾ ਹੋਵੇਂ ਭਾਵੇਂ ਤੂੰ ਕਿਤਨਾ ਵੀ ਗੁਰਬਾਣੀ ਨੂੰ ਪੜਦਾ ਹੀ ਕਿਉ ਨਾ ਹੋਵੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਲੱਭ ਹੈ ਲੋਭ ਹੈ ਮੂਰਖ ਹੈ ਉਹ ਬੰਦਾ ਤੇ ਸਤਿਗੁਰ ਜੀ ਨੇ ਉਹਨੂੰ ਬਾਣੀ ਦੇ ਅੰਦਰ ਅਗਿਆਨੀ ਆਖਿਆ ਪਾਤਸ਼ਾਹ ਕਹਿੰਦੇ ਨੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ जिंदे ਅੰਦਰ ਲੋਭ ਹੈ ਲਬ ਹੈ ਅਹੰਕਾਰ ਹੈ ਸਤਗੁਰ ਕਿੰਦ ਨੇ ਉਹ ਪੜਿਆ ਨਹੀਂ ਉਸਲ ਵਿੱਚ ਮੂਰਖ ਹੈ ਕਿਉਂਕਿ ਉਹਨੇ ਸਿਰਫ ਕਿਤਾਬਾਂ ਦਾ ਭਾਰ ਤੇ ਲੱਦ ਲਿਆ ਪਰ ਸਤਗੁਰ ਕਿੰਦ ਨੇ ਉਹਦੇ ਵਿੱਚੋਂ ਉਹਨੂੰ ਹਾਸਲ ਕੋ ਉਹਦੀ ਅਵਸਥਾ ਸਤਗੁਰ ਨੇ ਬਾਣੀ ਦੇ ਅੰਦਰ ਇੱਕ ਚੂਹੇ ਦੇ ਨਾਲ ਉਹਦੀ ਤੁਲਨਾ ਕੀਤੀ ਬਾਣੀ ਵਿੱਚ ਸਤਗੁਰ ਨੇ ਪਾਤਸ਼ਾਹ ਕਿੰਦ ਨੇ ਵੇਖੋ ਬਾਣੀ ਵਿੱਚ ਸਮਝਾਉਣ ਦਾ ਪੱਖ ਹੈ ਗੁਰੂ ਨਾਨਕ ਪਾਤਸ਼ਾਹ ਕਿੰਦ ਨੇ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਬਚਨ ਤੇ ਸਾਹਿਬ ਕਹਿੰਦੇ ਨੇ ਕੋਈ ਚੂਹਾ ਰਾਤ ਨੂੰ ਕਿਸੇ ਲਾਇਬ੍ਰੇਰੀ ਦੇ ਅੰਦਰ ਆ ਗਿਆ ਲਾਇਬ੍ਰੇਰੀ ਦੇ ਅੰਦਰ ਕਿਤਾਬਾਂ ਪੂਰੀਆਂ अलमारੀਆਂ ਭਰੀਆਂ ਹੋਈਆਂ ਨੇ ਉਸ ਚੂਹੇ ਨੇ ਸਾਰੀ ਰਾਤ ਉਹਨਾਂ ਕਿਤਾਬਾਂ ਨੂੰ अलमारी ਵਿੱਚ ਪਈਆਂ ਕਿਤਾਬਾਂ ਨੂੰ ਟੁਕਿਆ ਸਵੇਰ ਤੱਕ ਉਹਨੇ ਕਈ ਕਿਤਾਬਾਂ ਟੁਕ ਦਿੱਤੀਆਂ ਤੇ ਜਦੋਂ ਲਾਇਬ੍ਰੇਰੀਅਨ ਅੰਦਰ ਆਇਆ ਉਹਦੀ ਰਖਵਾਲੀ ਕਰਨ ਵਾਲਾ ਉਹਨੇ ਦਰਵਾਜ਼ਾ ਖੋਲ੍ਹਿਆ ਕੀ ਵੇਖਦਾ ਹੈ ਕਿ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਚੂਹੇ ਨੇ ਕਰ ਦਿੱਤਾ ਹੈ ਕਈ ਕਿਤਾਬਾਂ ਨੇ ਟੁੱਕ ਦਿੱਤੀਆਂ ਕਈ ਕਿਤਾਬਾਂ ਖਰਾਬ ਕਰ ਦਿੱਤੀਆਂ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸਾਰੀ ਰਾਤ ਚੂਹਾ ਵੀ ਮਿਹਨਤ ਕਰਦਾ ਰਿਹਾ ਪਰ ਸਾਰੀ ਰਾਤ ਉਹਦਾ ਕਿਤਾਬਾਂ ਨੂੰ ਟੁੱਕਣ ਦਾ ਮਤਲਬ ਇਹ ਨਹੀਂ ਵੀ ਉਹ ਕੋਈ ਬਹੁਤ ਵੱਡਾ ਵਿਦਵਾਨ ਬਣ ਗਿਆ ਨਹੀਂ ਉਹਨੇ ਸਿਰਫ ਅਜ਼ਾਈ ਆਪਣੀ એનર્ਜੀ ਨੂੰ ਵੇਸਟ ਕੀਤਾ ਉਹਦੀ એનર્ਜੀ ਅਜ਼ਾਈ ਗਈ ਹੈ ਉਹਦੀ એનર્ਜੀ ਦਾ ਨਾ ਉਹਨੂੰ ਲਾਭ ਹੋਇਆ ਨਾ ਕਿਸੇ ਦੂਜੇ ਨੂੰ ਲਾਭ ਹੋਇਆ ਹੈ ਸਤਗੁਰ ਕਹਿੰਦੇ ਨੇ ਕਰਮ ਕਰ ਪਰ ਤੇਰੇ ਕੀਤੇ ਕਰਮ ਦਾ ਲਾਭ ਤੈਨੂੰ ਵੀ ਹੋਵੇ ਤੇ ਤੇਰੇ ਕੀਤੇ ਕਰਮ ਦਾ ਲਾਭ ਸਮਾਜ ਨੂੰ ਵੀ ਹੋਵੇ ਤਾਂ ਫਾਇਦਾ ਹੈ ਤੇ ਜੇ ਸਤਗੁਰ ਜੀ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਇਸੇ ਕਰਕੇ ਵੀ ਉਹ ਤੇ ਮੂਰਖ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਕਹੇ ਨੇ ਧਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਸਤਗੁਰ ਕਾਚੀ ਦੇਹ ਆ ਜਿਹੜੀ ਦੇਹ ਹੈ ਪਾਤਸ਼ਾਹ ਕਹਿੰਦੇ ਨੇ ਕੱਚੀ ਹੈ ਕੱਚੀ ਦਾ ਮਤਲਬ ਹੈ ਸਾਧ ਸੰਗਤ ਜੀ ਬਿਨ ਸੰਹਾਰ ਇਸ ਦੇਹ ਨੇ ਫਨਾ ਹੋ ਜਾਣਾ ਹੈ ਇਨੇ ਬਿਨਸ ਜਾਣੇ ਇਹਦਾ ਵਿਸਾ ਨਹੀਂ ਕੀਤਾ ਜਾ ਸਕਦਾ ਵੇਖੋ ਸਰੀਰ ਦਾ ਵਿਸਾ ਕੀ ਕਰਾਂਗੇ ਅਸੀਂ ਕਈ ਵਾਰੀ ਸਾਡੇ ਸਾਹਮਣੇ ਅਚਨ ਚੇਤ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਖਿੰਨ ਵੀ ਨਹੀਂ ਲੱਗਦਾ ਸਾਥ ਸੰਗਤ ਅੱਖ ਚਮਕਣ ਦੇ ਸਮੇਂ ਦੀ ਦੇਰ ਹੁੰਦੀ ਏ ਜਿਹੜਾ ਬੰਦਾ ਅੱਖ ਚਮਕਣ ਦੇ ਸਮੇਂ ਤੋਂ ਪਹਿਲਾਂ ਸਾਡੇ ਸਾਹਮਣੇ ਨੋਬਰ ਨੋ ਖੜਾ ਸੀ ਅੱਖ ਚਮਕਣ ਦੇ ਸਮੇਂ ਤੋਂ ਬਾਅਦ ਉਹ ਹੁੰਦਾ ਹੀ ਨਹੀਂ ਬੜਾ ਕੁਝ ਐਸਾ ਸਮਾਜ ਵਿੱਚ ਵਾਪਰਦਾ ਹੈ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਦੇਹ ਕੱਚੀ ਹੈ ਇਹਦਾ ਵਿਸਾਰ ਨਹੀਂ ਕੀਤਾ ਜਾ ਸਕਦਾ ਇਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਵੱਖਰੀ ਹੈ ਕਿ ਬੰਦਾ ਭਰੋਸਾ ਕਰਕੇ ਬੈਠਾ ਹੈ ਧਿਆਨ ਦੇਣਾ ਇਹ ਇਨਾਂ ਨੂੰ ਭਰੋਸਾ ਕਰਕੇ ਬੈਠੇ ਵੀ ਅੱਜ ਤੋਂ 5 ਸਾਲ ਬਾਅਦ ਕੀ ਕਰਨਾ ਹੈ ਅੱਜ ਤੋਂ 10 ਸਾਲ ਬਾਅਦ ਕੀ ਕਰਨਾ ਹੈ ਜਾਂ ਅੱਜ ਤੋਂ 50 ਸਾਲ ਬਾਅਦ ਮੈਂ ਕੀ ਕਰਨਾ ਪਰ ਸਤਿਗੁਰ ਕਹਿੰਦੇ ਨੇ ਸੱਚ ਹੈ ਇਸ ਸਰੀਰ ਦਾ ਸੱਚ ਇਹ ਵੀ ਇਹਦਾ ਪਰੋਸਾ ਕੋਈ ਨਹੀਂ ਯਤਨਸ਼ੀਲ ਹੋ ਪਰ ਨਾਲ ਇਸ ਗੱਲ ਨੂੰ ਵੀ ਚੇਤੇ ਵਿੱਚ ਰੱਖ ਕਿ ਇਹ ਸਰੀਰ ਇਹ ਦੇ ਕਾਚੀ ਹੈ ਬਿਨ ਸੰਹਾਰ ਹੈ ਪਾਤਸ਼ਾਹ ਕਹਿੰਦੇ ਨੇ ਕਾਚੀ ਦੇਹ ਮੋਹ ਫੁਨ ਬਾਂਦੀ ਹੈ اے ਮੇਰੇ ਮਾਲਕ ਜੀ ਮੋਹ ਦੇ ਵਿੱਚ ਇਹ ਵੱਜੀ ਹੋਈ ਹੈ ਭਾਵ ਇਹ ਸੰਸਾਰ ਦੇ ਮੋਹ ਵਿੱਚ ਵੱਜੀ ਹੋਈ ਹੈ ਇਹ ਹਰ ਚੀਜ਼ ਜਿੰਦੇ ਨਾਲ ਜੁੜ ਜਾਂਦੀ ਹੈ ਇਹ ਉਹ ਨੂੰ ਕਹਿੰਦੀ ਹੈ ਮੇਰੀ ਹੈ ਇਹ ਪਰਿਵਾਰ ਨਾਲ ਜੁੜੀ ਇਹਨੇ ਪਰਿਵਾਰ ਨੂੰ ਆਪਣਾ ਆਖਿਆ ਇਹ ਵਸਤੂਆਂ ਨਾਲ ਜੁੜੀ ਇਹਨੇ ਵਸਤੂਆਂ ਨੂੰ ਆਪਣਾ ਆਖਿਆ ਇਹ ਪਦਾਰਥਾਂ ਨਾਲ ਜੁੜੀ ਇਹਨੇ ਪਦਾਰਥਾਂ ਨੂੰ ਆਪਣਾ ਆਖਿਆ ਵੇਖੋ ਸਾਥ ਸੰਗਤ ਇਹ ਸੱਚ ਹੈ ਸਤਿਗੁਰ ਕਹਿੰਦੇ ਨੇ ਪਹਿਲੀ ਗੱਲ ਕਿ ਇਹ ਦੇਹ ਹੀ ਕੱਚੀ ਹੈ ਕਿ ਇਹ ਸਦਾ ਨਹੀਂ ਰਹਿਣ ਵਾਲੀ ਤੇ ਸਤਿਗੁਰ ਕਹਿੰਦੇ ਨੇ ਉਹਨੇ ਕੱਚੀ ਦੇਹ ਇਹ ਮੋਹ ਵੀ ਬਣਾ ਕੇ ਬੈਠੀਏ ਪਾਵੇ ਹੈ ਵੀ ਇਹਨੇ ਚੀਜ਼ਾਂ ਨਾਲ ਮੋਹ ਲਾ ਲਿਆ ਤੇ ਸਤਿਗੁਰ ਕਹਿੰਦੇ ਨੇ ਜਿੰਦਾ ਆਪਣਾ ਭਰੋਸਾ ਕੋਈ ਨਹੀਂ ਉਹ ਚੀਜ਼ਾਂ ਨਾਲ ਮੂੰਹ ਲਾ ਕੇ ਬੈਠੀ ਹੋਈ ਹੈ ਕਿੰਨੀ ਕਮਾਲ ਦੀ ਗੱਲ ਹੈ ਵੀ ਜਿੰਦਾ ਆਪਣਾ ਭਰੋਸਾ ਕੋਈ ਨਹੀਂ ਅਕੀਦਾ ਕੋਈ ਨਹੀਂ ਉਹਨੇ ਅੰਬਾਰਾਂ ਦੇ ਅੰਬਾਰ ਜੋੜੇ ਹੋਏ ਨੇ ਵੇਖੋ ਦੁਨੀਆ ਦੇ ਅੰਦਰ ਸਾਦ ਸੰਗਤ ਬੜੀ ਪਿਆਰੀ ਇੱਕ ਘਟਨਾ ਗੱਲ ਸਮਝ ਵਿੱਚ ਆਵੇ ਕੋਈ ਇਨਸਾਨ ਮਰਨ ਕਿਨਾਰੇ ਪਿਆ ਹੈ ਉਹਨੇ ਅਚਨਚੇਤ ਆਪਣੇ ਮੁਨਸ਼ੀ ਨੂੰ ਬੁਲਾਇਆ ਜਿਹੜਾ ਸਾਰੇ ਉਹਦੇ ਬਿਜ਼ਨਸ ਦਾ ਰੱਖ-ਰਖਾਵ ਕਰਨ ਵਾਲਾ ਸੀ ਉਹਨੇ ਆਖਿਆ ਵੀ ਭਲਿਆ ਵੀ ਮੈਨੂੰ ਤੇ ਡਾਕਟਰ ਨੇ ਵੀ ਹੁਣ ਕਹਿ ਦਿੱਤਾ ਵੀ ਪਤਾ ਕੋਈ ਨਹੀਂ ਕਿਦੋਂ ਸਾਖਰੀ ਆ ਜਾਏ ਮੈਂ ਤੇਰੇ ਕੋਲ ਇੱਕ ਮੋਟਾ-ਮੋਟਾ ਜਿਹਾ ਅੰਦਾਜ਼ਾ ਲਾਣਾ ਚਾਹਨਾ ਵੀ ਜਿੰਨੀ ਕੁ ਮੈਂ ਸਾਰੀ ਜ਼ਿੰਦਗੀ ਮਿਹਨਤ ਕੀਤੀ ਪ੍ਰਾਪਰਟੀ ਜੋੜੀ ਕਮਾਈਏ ਕਿੰਨੀ ਕੁ ਮੈਂ ਕਮਾ ਲਈਏ ਕਿੰਨੇ ਕੁ ਨਾਲ ਮੇਰੇ ਇਹਦੇ ਨਾਲ ਮੇਰੇ ਬੱਚਿਆਂ ਦਾ ਮੇਰੇ ਪਰਿਵਾਰ ਦਾ ਕਿੰਨਾ ਸਮਾਂ ਗੁਜ਼ਾਰਾ ਚੱਲੇਗਾ ਉਹ ਕਹਿੰਦਾ ਹੈ ਮਾਲਕ ਨੂੰ ਕਿ ਮੈਂ ਮੋਟਾ-ਮੋਟਾ ਜਿਹਾ ਸ਼ਾਮਗਿਤਾ ਬੁਲਾ ਕੇ ਤੁਹਾਨੂੰ ਥੋੜੀ ਦੇਰ ਬਾਅਦ ਦੱਸਣਾ ਉਹ ਥੋੜੀ ਦੇਰ ਬਾਅਦ ਆਇਆ ਉਹ ਕਹਿੰਦਾ ਹੈ ਮਾਲਕ ਜੀ ਇੰਨੀ ਕੁ ਜੋੜ ਲਈਏ ਜੇ ਤੁਹਾਡੇ ਪੁੱਤਰ ਤੁਹਾਡੀਆਂ ਆਉਣ ਵਾਲੀਆਂ ਤਕਰੀਬਨ 5-6 ਜਨਰੇਸ਼ਨਾਂ ਜਿਹੜੀਆਂ ਨੇ ਖੁੱਲਾ ਖਰਚਾ ਕਰਨ ਤੇ ਪੈਸਾ ਇੱਕ ਵੀ ਨਾ ਕਮਾਣ ਉਹਨਾਂ ਕੋਲ ਇਹ ਤਦ ਵੀ ਨਹੀਂ ਮੁਕਣਾ ਹੁਣ ਜਦੋਂ ਇੰਨੀ ਗੱਲ ਆਖੀ ਉਸ ਬੰਦੇ ਨੇ ਖੁਸ਼ ਹੋਣ ਦੀ ਬਜਾਏ ਉਹਨੇ ਮੱਥੇ ਤੇ ਤਿਓੜੀਆਂ ਪਾ ਲਈਆਂ ਬੜੀ ਹੈਰਾਨੀ ਜੀ ਵਿੱਚ ਪਹੁੰਚ ਗਿਆ ਉਹ ਬੰਦਾ ਤੇ ਬੜੀ ਚਿੰਤਾ ਜੀ ਵਿੱਚ ਡੁੱਬ ਗਿਆ ਤੇ ਉਸ ਮੈਨੇਜਰ ਨੇ ਪੁੱਛ ਲਿਆ ਮੁੰਸ਼ੀ ਨੇ ਪੁੱਛ ਲਿਆ ਵੀ ਮਹਾਰਾਜ ਕੀ ਗੱਲ ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਹੈ ਤੁਹਾਨੂੰ ਤੇ ਇਸ ਗੱਲ ਦੀ ਸੰਤੁਸ਼ਟੀ ਹੋਣੀ ਚਾਹੀਦੀ ਵੀ ਤੁਸੀਂ ਆਪਣੇ ਜੀਵਨ ਵਿੱਚ ਬੜੀ ਮਿਹਨਤ ਕੀਤੀ ਹੈ ਅੱਗੋ ਮੁੰਸ਼ੀ ਨੂੰ ਉਹ ਮਾਲਕ ਕਹਿੰਦਾ ਕਹਿਣ ਲੱਗਾ ਨਹੀਂ ਖੁਸ਼ ਤੇ ਮਹਾਬੇ ਮੈਂ ਬਿਨ ਮਿਹਨਤ ਬੜੀ ਕੀਤੀ ਹੈ ਪਰ ਮੈਨੂੰ ਚਿੰਤਾ ਇਸ ਗੱਲ ਦੀ ਏ ਵੀ ਮੈਂ ਇੰਨਾ ਤੇ ਜੋੜਿਆ ਵੀ 5 6 ਪੁਸਤਕਾਂ ਖਾ ਲੈਣਗੀਆਂ पर साच्ये मैं इस गल तो चिंतातुरं भी 5 तो बाद 6वीं दा की बनेगा। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਾਚੀ ਦੇਹ ਮਰਨ ਕਿਨਾਰੇ ਬੰਦਾ ਪਿਆ ਐ। ਤੇ 7वीं ਪੁਸਤ ਦੀ ਆਸ ਲਾ ਕੇ ਬੈਠਾ ਵੀ ਹੁੰਦਾ ਕੀ ਬਣੇਗਾ। ਧਿਆਨ ਦੇਣਾ ਆਪਣੀ ਦੇਹ ਦਾ ਭਰੋਸਾ ਕੋਈ ਨਹੀਂ ਆਖਰੀ ਸਾਹ ਮੱਤ ਕੇ ਜਾਪੇ ਸਾ ਆਵੇ ਕਿ ਨਾ ਆਵੇ RAM ਪਰ ਸਤਗੁਰ ਕਹਿੰਦੇ ਨੇ ਧਿਆਨ ਇਹਨੂੰ ਪਾਤਸ਼ਾਹ ਕਹਿੰਦੇ ਨੇ ਮੋਹ ਫਨ ਬਾਂਦੀ। ਕੱਚੀ ਦੇ ਇਹਨੇ ਮੋਹ ਦੀ ਫਾਂਦੀ ਮੋਦੀ ਰਸੀਆਂ ਪਾਲੀਆਂ ਨੇ ਚਾਰੇ ਪਾਸੇ ਆਪਣਿਆਂ ਦਾ ਭਰੋਸਾ ਕੋਈ ਨਹੀਂ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ 60 ਕਠੋਰ ਕੁਚੀਲ ਕੁਗਿਆਨੀ ਸਾਬ ਕਹਿੰਦੇ ਨੇ 60 ਦਾ ਮਤਲਬ ਹੈ ਸਾਥ ਸੰਗਤ ਦੁਰਜਨ ਦੁਰਜਨ ਦਾ ਮਤਲਬ ਹੁੰਦਾ ਹੈ ਦੁਸ਼ਮਣ ਇਹ ਦੁਰਜਨ ਦਾ ਮਤਲਬ ਵੈਰੀ ਸਾਬ ਕਹਿੰਦੇ ਨੇ 60 ਕਠੋਰ ਕਠੋਰ ਦਾ ਮਤਲਬ ਹੈ ਨਿਰਦਈ ਸਾਬ ਕਹਿੰਦੇ ਨੇ ਕੁਚੀਲ ਜੋ ਬਹੁਤ ਗੰਦਾ ਹੋਵੇ ਕਿ ਕੁ ਗਿਆਨੀ ਦਾ ਮਤਲਬ ਹੈ ਗਿਆਨ ਤੋਂ ਹੀਨਾ ਮੂਰਖ ਸਹਿਬ ਕਹਿੰਦੇ ਨੇ ਕੱਚੀ ਦੇਹ ਹੈ ਮੋਹ ਨਾਲ ਵੱਜੀ ਹੋਈ ਹੈ ਤੇ ਨਾਲ ਸਹਿਬ ਕਹਿੰਦੇ ਨੇ ਜਿਹੜੇ ਸਾਠ ਨੇ ਜਿਹੜੇ ਦੁਰਜਨ ਨੇ ਉਹਨਾਂ ਦੁਰਜਨਾਂ ਨੂੰ ਇਹਨੇ ਆਪਣਾ ਮਿੱਤਰ ਬਣਾ ਲਿਆ ਹੈ ਪਾਪ ਕਾਮ ਕਰੋਧ ਲੋਭ ਮੋਹ ਤੇ ਅਹੰਕਾਰ ਤੇ ਸਤਗੁਰ ਕਹਿੰਦੇ ਨੇ ਨਿਰਦਈ ਬੜੀਏ ਕਠੋਰ ਬੜੀਏ ਤੇ ਨਾਲ ਪਾਤਸ਼ਾਹ ਕਹਿਣ ਲੱਗੇ ਕੁਚੀਲ ਸਤਿਗੁਰ ਕਹਿੰਦੇ ਨੇ ਬਹੁਤ ਅਗਿਆਨਤਾ ਦੇ ਵਿੱਚ ਜੀਣ ਵਾਲੀ ਇਹ ਦੇਹ ਇਹ ਸ਼ਰੀਰ ਜਿੰਦੇ ਅੰਦਰ ਸਤਿਗੁਰ ਮੈਂ ਭਟਕ ਰਿਆ ਮੇਰੀ ਮਤ ਭਟਕ ਰਹੀ ਏ ਮੇਰੀ ਸੁਰਤ ਭਟਕਦੀ ਪਈ ਏ ਇਹ ਸਤਿਗੁਰ ਗਿਆਨ ਤੋਂ ਹੀਣੀ ਮੂਰਖ ਮੂਰਖਤਾਈ ਵਾਲਾ ਜੀਵਨ ਜੀਦਾ ਏ ਤਾਵਤ ਪ੍ਰਮਤ ਰਹਿਣ ਨਹੀਂ ਪਾਵਤ ਸਤਿਗੁਰ ਸਾਰੀ ਜ਼ਿੰਦਗੀ ਮੈਂ ਭਟਕਦਾ ਰਿਆ ਤਾਵਤ ਪ੍ਰਮਤ ਦਾ ਮਤਲਬ ਏ ਭਟਕਣਾ ਚਾਰੇ ਦਿਸ਼ਾਵਾਂ ਦੇ ਅੰਦਰ ਧੌਂਡਾ ਭਟਕਣਾ ਟਿਕਾਉ ਨਹੀਂ ਸਭ ਕਿੰਨ ਰਹਿਣ ਨਹੀਂ ਪਾਵਤੇ ਇੱਕ ਮਿੰਟ ਦਾ ਵੀ ਟਿਕਾਣਾ ਨਹੀਂ ਨਾਲ ਕੇ ਪਾਰ ਬ੍ਰह्म ਕੀ ਗਤ ਨਹੀਂ ਜਾਣੀ ਪਰ ਇਸ ਦੇਹ ਦੇ ਨਾਲ ਮੈਂ ਪ੍ਰਮਾਤਮਾ ਦੀ ਵਡਿਆਈ ਨਹੀਂ ਜਾਣੀ ਭਟਕਣਾ ਬਹੁਤ ਪਾਈ ਇਸ ਦੇਹ ਨਾਲ ساری ਜ਼ਿੰਦਗੀ ਭਟਕਿਆ ਭਟਕਣ ਤੋਂ ਬਾਅਦ ਮੈਂ ਉਹ ਮਿੱਤਰ ਬਣਾਏ ਜਿਹੜੇ ਸੱਚ ਵਿੱਚ ਦੁਰਜਨ ਸਨ ਮੈਂ ਉਹਨਾਂ ਚੀਜ਼ਾਂ ਨਾਲ ਜੁੜਿਆ ਜਿਹੜੀਆਂ ਕੁਚੀਲ ਸਨ ਜਿਨ੍ਹਾਂ ਨੇ ਮੇਰੇ ਅੰਦਰ ਨੂੰ ਮੈਲਾ ਕੀਤਾ ਮੈਂ ਉਹਨਾਂ ਚੀਜ਼ਾਂ ਨੂੰ ਆਪਣਾ ਸੰਗੀ ਬਣਾਇਆ ਜਿਹੜੀਆਂ ਅਗਿਆਨਤਾ ਵਿੱਚ ਮੈਨੂੰ ਲੈ ਕੇ ਡੁੱਬਣ ਵਾਲੀਆਂ ਸਨ ਪਰ ਪਤਸ਼ਾਹ ਜੀ ਕਹਿੰਦੇ ਨੇ ਦੇਖੋ ਮੋਹ ਵਸੋ ਕੇ ਇਹਨਾਂ ਚੀਜ਼ਾਂ ਨੂੰ ਮੈਂ ਆਪਣਾ ਆਪਾ ਸੰਪਿਆ ਹੋਇਆ ਹੈ ਪਤਾ ਮੇਰੀ ਆਪਣੀ ਦੇਹ ਦਾ ਕੋਈ ਨਹੀਂ ਬੀ ਇਹਨੇ ਖਿੰਨ ਇਹਨੂੰ ਅਗਲਾ ਸਾਹਣਾ ਕਿ ਨਹੀਂ ਆਣਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਟਕਦਿਆਂ ساری ਜ਼ਿੰਦਗੀ ਲੰਘ ਗਈ ਮੇਰੇ ਮਾਲਕ ਪਰ ਮੈਂ ਤੇਰੀ ਵਡਿਆਈ ਨਹੀਂ ਜਾਣੀ ਤੇਰੀ ਗਤ ਨਹੀਂ ਜਾਣੀ ਮੈਂ ਕਿੰਨਾ ਵੇਖੋ ਸਾਧ ਸੰਗਤ ਹਿੰਦੀ ਵਿੱਚ ਸਤਿਗੁਰ ਨੇ ਇੱਕ ਪੰਗਤੀ ਵਿੱਚ ਬਹੁਤ ਵਿਚਾਰਾਂ ਸਾਡੇ ਸਾਹਮਣੇ ਕੀਤੀਆਂ ਇੱਕ ਪੰਗਤੀ ਦੇ ਅੰਦਰ ਸਤਿਗੁਰ ਨੇ ਆਪਣਾ ਅੰਦਰ ਵੀ ਫੁੱਲ ਦਿੱਤਾ ਬੰਦੇ ਦਾ ਵੀ ਕਿੱਥੇ ਬੰਦਾ ਟਿਕਿਆ ਹੋਇਆ ਹੈ ਤੇ ਇੱਕ ਰਿਅਲਾਈਜ਼ ਵੀ ਹੋ ਗਿਆ ਇਸ ਗੱਲ ਦਾ ਵੀ ਮੈਂ ਇੱਥੇ ਖੜਾ ਮੇਰੇ ਸਤਿਗੁਰ ਮੈਂ ਤੇਰੀ ਗੱਤ ਨੇ ਇਹਦਾ ਮਤਲਬ ਹੈ ਵੀ ਚਾਂਸ ਨੇ ਇਹ ਪਹੁੰਚ ਸਕਦਾ ਅਗੇ ਕਿਉਂ ਕਿਉਂਕਿ ਇਹਨੇ ਇਹਨੂੰ ਸਮਝ ਆ ਗਈ ਏ ਸਾਧ ਸੰਗਤ ਬੜੇ ਵਿਰਲੇ ਨੇ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਸਮਝ ਆ ਜਾਏ ਨਿਤੇ ਸਾਰੀ ਜ਼ਿੰਦਗੀ ਬੰਦਾ ਇਹਨਾਂ ਚੀਜ਼ਾਂ ਵਿੱਚ ਜੀਂਦਾ ਜ਼ਰੂਰ ਹੈ ਪਰ ਅਖੀਰਲੇ ਸਮੇਂ ਤੱਕ ਪ੍ਰਮਾਤਮਾ ਦੀ ਵਡਿਆਈ ਵਾਲੇ ਪਾਸੇ ਜਾਂਦਾ ਹੀ ਨਹੀਂ ਅਖੀਰਲੇ ਸਮੇਂ ਤੱਕ ਇਹਨਾਂ ਨੂੰ ਸਮਝਣਾ ਹੀ ਨਹੀਂ ਚਾਹਦਾ ਹੁਣ ਜੇ ਅੰਦਰ ਰਿਅਲਾਈਜ਼ ਹੋਇਆ ਹੈ ਤੇ ਬੰਦੇ ਨੂੰ ਸਮਝ ਆਈਏ ਨਾ ਮੇਰੇ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮੇਰੀ ਆਗਤ ਹੈ ਆ ਮੇਰੇ ਜੀਵਨ ਦੇ ਅੰਦਰ ਦਾ ਬਿਰਤਾਂਤ ਹੈ ਕਿਰਪਾ ਕਰੋ ਸਤਿਗੁਰ ਮੈਂ ਤੇਰੀ ਵਡਿਆਈ ਨਹੀਂ ਜਾਣੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦਮਤਾ ਸਤਿਗੁਰ ਜਵਾਨੀ ਦੇ ਅੰਦਰ ਰੂਪ ਸੁਹੱਪਣ ਦੇ ਅੰਦਰ ਸੋਹਣਾ ਲੱਗਾ ਸੰਸਾਰ ਨੂੰ ਮਾਇਆ ਮਦਮਤਾ ਮਾਇਆ ਦੇ ਮਦ ਤੇ ਅਹੰਕਾਰ ਦੇ ਅੰਦਰ ਮੈਂ ਮਤਿਆ ਹੋਇਆ ਭਾਵ ਸੰਸਾਰ ਦੇ ਚੰਦ ਪਦਾਰਥ ਮੈਨੂੰ ਮਿਲੇ ਮੈਂ ਉਹਨਾਂ ਦੇ ਅਹੰਕਾਰ ਦੇ ਵਿੱਚ ਜੀ ਰਿਆਂ ਜਿਹਨੂੰ ਬਾਬਾ ਕਬੀਰ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਨੇ ਦੇਖੋ ਬੰਦੇ ਦੀ ਹਾਲਤ ਜਦੋਂ ਨਹੀਂ ਕੁਝ ਸੀ ਉਸ ਵੇਲੇ ਹੱਥ ਜੋੜਦਾ ਸੀ ਤੇ ਜਦੋਂ ਕੁਝ ਆਇਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ ਦਸ ਮਨ ਨਾਜ ਘਰ ਵਿੱਚ ਆ ਗਿਆ ਚਾਰ ਕੁ ਟਕੇ ਜੇਬ ਵਿੱਚ ਆ ਗਏ ਹੁਣ ਸਤਿਗੁਰ ਕਹਿੰਦੇ ਨੇ ਬੰਦਾ ਹੋਈ ਏ ਜਿਹੜਾ ਕੱਲ ਤੱਕ ਹੱਥ ਜੋੜਦਾ ਪਿਆ ਸੀ ਅੱਜ 10 ਮਣ ਅਨਾਜ ਆ ਗਿਆ 4 ਟਕੇ ਜੇਬ ਵਿੱਚ ਆ ਗਏ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਵੇਖੋ ਹੁਣ ਬੰਦੇ ਦੀ 40 ਬਦਲ ਗਈ ਹੈ ਹੁਣ ਸਤਿਗੁਰ ਕਹਿੰਦੇ ਨੇ ਬੜੀਆਂ ਤਰੀਕੇ ਦੇ ਨਾਲ ਟੇਡਾ ਹੋ ਹੋ ਕੇ ਚੱਲ ਕੇ ਲੋਕਾਂ ਨੂੰ ਦੱਸਦਾ ਵੀ ਮੇਰੇ ਵਰਗਾ ਕੋਈ ਨਹੀਂ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਐਸੀ ਗੱਲ ਨੂੰ ਕਹਿ ਰਹੇ ਨੇ ਮਾਇਆ ਮਦਮਤਾ ਸਤਿਗੁਰ ਮਾਇਆ ਦੇ ਮਦ ਵਿੱਚ ਮਾਇਆ ਦੇ ਅਹੰਕਾਰ ਵਿੱਚ ਮੈਂ ਗੁਲਤਾਨ ਹੋਇਆ ਪਿਆ ਬਿਚਰਤ ਵਿਕਲ ਬਡੋ ਅਭਿਮਾਨੀ ਸਤਗੁਰ ਬੜੇ ਅਭਿਮਾਨ ਦੇ ਅੰਦਰ ਵਿਕਲ ਦਾ ਮਤਲਬ ਹੁੰਦਾ ਹੈ ਸਾਥ ਸੰਗਤ ਜੀ ਵਿਆਕੂਲ ਹੋਣਾ ਆਪਣੇ ਆਪ ਨੂੰ ਭੁਲਾ ਦੇਣਾ ਤੇ ਅਭਿਮਾਨੀ ਦਾ ਮਤਲਬ ਹੈ ਅਹੰਕਾਰ ਵਿੱਚ ਮੈਂ ਅਹੰਕਾਰ ਦੇ ਵਿੱਚ ਇਸ ਮੱਦ ਅੰਦਰ ਸਤਗੁਰਾ ਆਪਣੇ ਆਪ ਨੂੰ ਭੁੱਲਿਆ ਹੋਇਆ ਵੀ ਮੇਰਾ ਵजूद ਕੀ ਹੈ ਸੱਚ ਵਿੱਚ ਗੁਰਮਖੋ ਆਪਣਾ ਵजूद ਰੱਖਣਾ ਬੜਾ ਜ਼ਰੂਰੀ ਹੈ ਜਿਹਨੂੰ ਆਪਣੇ ਵजूद ਦਾ ਪਤਾ ਹੋਵੇ ਉਹ ਜੀਵਨ ਵਿੱਚ ਕਦੀ ਭਟਕਦਾ ਨਹੀਂ ਭਟਕਦਾ ਉਹੀ ਹੈ ਜਿਹੜਾ ਆਪਣੇ ਵजूद ਨੂੰ ਭੁੱਲ ਜਾਂਦਾ ਹੈ ਜਿਹਨੂੰ ਆਪਣੇ ਵजूद ਦੀ ਸਮਝ ਹੋਵੇ ਜਿਹਨੂੰ ਇੰਨੀ ਗੱਲ ਸਮਝ ਆ ਜਾਵੇ ਹਰ ਜਪੰਦਿਆਂ ਖਿੰ ਢਿਲਣਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ ਜਿਹਨੂੰ ਇੰਨਾ ਕੁ ਵजूद ਸਮਝਾ ਦੇ ਹਮ ਆਦਮੀ ਹਾ ਇਕਦਮੀ ਮਹਲਤ ਮੋਤ ਨਾ ਜਾਣਾ ਨਾਨਕ ਬਿਨਵੇਂ ਤਿਸੈ ਸਰੀਵੋ ਝਾਂਕੇ ਜੀ ਪ੍ਰਾਨਾ ਉਹ ਜੀਵਨ ਵਿੱਚ ਕਦੀ ਠੇਡੇ ਨਹੀਂ ਖਾਂਦਾ ਉਹਨੂੰ ਮਾਰਗ ਸਮਝ ਵਿੱਚ ਆ ਜਾਂਦਾ ਬਸ ਇਹੀ ਕਾਰਨ ਸੀ ਸਾਥ ਸੰਗਤ ਜਦੋਂ ਧੰਗੁਰ ਨਾਨਕ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਤੇ ਗਏ 11 12 ਸਾਲ ਦਾ ਬੱਚਾ ਸੰਗਤ ਵਿੱਚ ਆ ਜਾਂਦਾ ਬਾਬੇ ਨਾਨਕ ਨੇ ਕੁਝ ਦਿਨ ਉਹਨੂੰ ਵੇਖਿਆ ਤੇ ਕੁਝ ਦਿਨਾਂ ਬਾਅਦ ਪੁੱਛ ਲਿਆ ਵੀ ਬੇਟਾ ਕੀ ਗੱਲ ਤੇਰੀ ਉਮਰ ਦੇ ਬੱਚੇ ਖੇਡਦੇ ਨੇ ਕੋਲੋਲਾ ਕਰਦੇ ਨੇ ਬਾਹਰ ਅੰਦਰ ਮਾਪਿਆਂ ਦੇ ਨਾਲ ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ ਪਰ ਤੂੰ ਸੰਗਤ ਵੀ ਚਾਹਦਾ ਹੈ ਬੈਠਣਾ ਹੈ ਪਾਠ ਵੀ ਸੁਣਨਾ ਹੈ ਕੀਰਤਨ ਵੀ ਸੁਣਦਾ ਹੈ ਤੂੰ ਸੇਵਾ ਵੀ ਕਰਦਾ ਹੈ ਤੇ ਇਸ ਬੱਚੇ ਨੇ ਇੱਕ ਗੱਲ ਕੀ ਕਹਿਣ ਲੱਗੇ ਦਾਤਾਰ ਪਿਤਾ ਮੈਨੂੰ ਮੌਤ ਚੇਤੇ ਆ ਗਈ ਗੁਰੂ ਨਾਨਕ ਸਾਹਿਬ ਬੜੇ ਹੈਰਾਨ ਹੋਏ ਵੀ 11 ਸਾਲ ਦੀ ਉਮਰ ਤੇ ਮੌਤ ਦੀ ਗੱਲ ਬੱਚਾ ਮੌਤ ਦੀ ਗੱਲ ਕਰੇ ਸਾਧ ਸੰਗਤ ਸੀ ਮੂੰਹ ਬੰਦ ਕਰ ਦਿੰਦੇ ਆ ਬੱਚੇ ਦਾ ਕੋਈ ਇਹੋ ਜੀ ਗੱਲ ਹੋ ਜਾਏ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਬੜੇ ਹੈਰਾਨ ਹੋਏ ਤੇ ਪੁੱਛਦੇ ਨੇ ਬੇਟਾ ਇੱਕ ਹੀ ਗੱਲ ਕਰਨੇ ਕਿਵੇਂ ਤੈਨੂੰ ਸਮਝ ਆਈ ਕਹਿੰਦੇ ਮਾਂ ਨੇ ਆਖਿਆ ਸੀ ਤਾਰੂ ਚੁੱਲ੍ਹੇ ਦੇ ਵਿੱਚ ਲੱਕੜਾਂ ਬਾਲ ਮੈਂ ਲੱਕੜਾਂ ਬਾਲੀਆਂ ਆਗਣਾ ਬਲੀ ਮਾਂ ਕੁਝ ਸਮੇਂ ਬਾਅਦ ਆਕੇ ਕਹਿੰਦੀ ਏ ਤਾਰੂ ਮੋਟੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਲੱਗਦੀ ਏ ਪਹਿਲੋਂ ਨਿੱਕੀਆਂ ਲੱਕੜਾਂ ਨੂੰ ਅੱਗ ਲਾਏਗੀ ਐਵੇਂ ਇਸ ਮਾਂ ਨੂੰ ਪੁੱਛਿਆ ਮਾਂ ਜੇ ਮੋਟੀਆਂ ਨੂੰ ਬਾਅਦ ਵਿੱਚ ਲੱਗਦੀ ਏ ਨਿੱਕੀਆਂ ਨੂੰ ਪਹਿਲੋਂ ਲੱਗ ਜਾਂਦੀ ਏ ਮਾਫਰ ਤੇ ਮੌਤ ਦਾ ਵੀ ਕੋਈ ਭਰੋਸਾ ਨਹੀਂ ਤੇ ਮਾਂ ਤੁਹਾਨੂੰ ਬਾਦ ਵਿੱਚ ਆਵੇ ਤੇ ਮੈਨੂੰ ਪਹਿਲੋ ਆ ਜਾਏ ਸਾਥ ਸੰਗਤ ਹੀ ਹਕੀਕਤ ਹੈ ਇਸੇ ਕਰਕੇ ਸਹਿਬ ਨੇ ਬਾਣੀ ਵਿੱਚ ਆਖਿਆ ਗੱਗਾ ਗੋਬਿੰਦ ਗੁਨ ਰਵੋ ਸਾਥ ਸਾਥ ਚਪਨੀਤ ਕਹਾਂ ਬਿਸਾਸਾ ਦੇਹ ਕਾ ਬਿਲਮ ਨ ਕਰਹੁ ਮੀਤ ਨਹਿ ਬਾਰਿਕ ਨਹਿ ਜੋਬਨੇ ਨਹਿ ਬਰਦੀ ਕਚਬੰਦ ਉਹ ਬੇਰਾ ਨਹਿ ਬੂਜੀਐ ਜੋ ਆਏ ਪਰੈ ਜੰਮ ਫੰਦ ਉਸ ਵੇਲੇ ਦਾ ਪਤਾ ਨਹੀਂ ਉਹ ਜਵਾਨੀ ਚੁਆਏ ਬੁੜੇਪੇ ਚੁਆਏ ਬਚਪਨ ਚੁਆਏ ਸਤਗੁਰੇ ਸੇ ਕਰਕੇ ਕਹਿ ਰਹੇ ਨੇ ਵਿਚਰਤ ਵਿਕਲ ਬੜੋ ਅਭਿਮਾਨੀ ਸਤਗੁਰ ਅਭਿਮਾਨ ਅਹੰਕਾਰ ਦੇ ਅੰਦਰ ਮੈਂ ਆਪਣੇ ਆਪ ਨੂੰ ਭੁੱਲ ਗਿਆ ਪਰ ਤਨ ਪਰ અપਵਾਦ ਨਾਰ ਨਿੰਦਾ ਪਰਾਏ ਥਨ ਅੰਦਰ ਪਰਾਏ ਝਗੜਿਆਂ ਦੇ ਅੰਦਰ ਪਰਾਈ ਨਾਰ ਦੇ ਅੰਦਰ ਤੇ ਪਰਾਈ ਨਿੰਦਾ ਦੇ ਅੰਦਰ ਇਨ ਰਸਾਂ ਦੇ ਅੰਦਰ ਮੈਂ ਸਾਧ ਸੰਗਤ ਦੇ ਮੂਲ ਰਸ ਨੇ ਸੰਸਾਰ ਦੇ ਇਨਾਂ ਵਿੱਚ ਅਕਸਰ ਦੁਨੀਆਂ ਦੇ ਜਿੰਨੇ ਝਗੜੇ ਨੇ ਬਸ ਆ ਚਾਰ ਚੀਜ਼ਾਂ ਨੂੰ ਚੇਤੇ ਰੱਖੋ ਇੱਕ ਕਿਸੇ ਨਾਲ ਝਗੜਾ ਐਵੇਂ ਕਿਸੇ ਵੀ ਪਰਾਈ ਗੱਲ ਤੇ ਜਿੰਦਾ ਆਪਣੇ ਨਾਲ ਕੋਈ ਮਤਲਬ ਨਹੀਂ ਇੱਕ ਪਰਾਈ ਪਰਾਇਆ ਧਨ ਇੱਕ ਪਰਾਈ ਇਸਤਰੀ ਤੇ ਇੱਕ ਪਰਾਈ ਨਿੰਦਾ ਆ ਚਾਰ ਚੀਜ਼ਾਂ ਦੇ ਵਿੱਚ ਬੰਦਾ ਖੁਵਾਰੇ ਸੰਸਾਰ ਵਿੱਚ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਯਹ ਮਿੱਠੀ ਜੀ ਮਾਹੇ ਹਿਤਾਨੀ ਇਹਨਾਂ ਚੀਜ਼ਾਂ ਨੂੰ ਸਤਿਗੁਰ ਜੀ ਮੈਂ ਇਹਨਾਂ ਨੂੰ ਮਿੱਠਾ ਕਰਕੇ ਮੰਨ ਲਿਆ ਵੀ ਮੈਨੂੰ ਹੁਣ ਇਹ ਲੱਗਦੀਆਂ ਹੀ ਬੜੀਆਂ ਪਿਆਰੀਆਂ ਨੇ ਚਾਰੇ ਚੀਜ਼ਾਂ ਇਹਨਾਂ ਚਾਰਾਂ ਚੀਜ਼ਾਂ ਦੇ ਅੰਦਰ ਮੈਂ ਪਚਿਆ ਪਿਆ ਮੈਂ ਖੁਆਰ ਹੋ ਰਿਹਾ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਬਲਵੰਚ ਛਪ ਕਰਤ ਉਪਾਵਾ ਬਲਵੰਚ ਛਪ ਕਰਤ ਉਪਾਵਾ ਜਿਹੜੇ ਮੈਂ ਸਤਗੁਰ ਅੰਤਰਜਾਮੀ ਦਾਤਾਰ ਪਿਤਾ ਮੈਂ ਬਲਵੰਚ ਕਰਨਾ ਜਿਹੜੇ ਮੈਂ ਉਪਾਹ ਕਰਨਾ ਤੇ ਉਪਾਹ ਕਰਨਾ ਮਾੜੇ ਕੰਮਾਂ ਦੇ ਤੇ ਉਹ ਕਰਨਾ ਮੈਂ ਸਤਗੁਰੁ ਛੱਪ ਛੱਪਦਾ ਮਤਲਬ ਇਹ ਲੁਕ ਕੇ ਜਿਹੜੇ ਮੈਂ ਲੁਕ ਕੇ ਮਾੜੇ ਕੰਮਾਂ ਦੇ ਉਪਾਅ ਕਰਨਾ ਪੇਖਤ ਸੁਨਤ ਪ੍ਰਭ ਅੰਤਰਜਾਮੀ ਮੈਨੂੰ ਇਹ ਮਹਿਸੂਸ ਹੁੰਦਾ ਵੀ ਮੈਨੂੰ ਕਿਹੜਾ ਕੋਈ ਵੇਖਦਾ ਹੈ ਮੈਂ ਦੁਨੀਆ ਤੋਂ ਲੁਕਾ ਕੇ ਹਰ ਬੰਦਾ ਯਤਨ ਕਰਦਾ ਹੈ ਸਾਥ ਸੰਗਤ ਕਿਉਂਕਿ ਜਿਹੜਾ ਮਾੜਾ ਕੰਮ ਹੈ ਉਹ ਕਦੀ ਵੀ ਬੰਦਾ ਖੁੱਲੇ ਤੌਰ ਤੇ ਨਹੀਂ ਕਰਦਾ ਖਿਆਲ ਕਰਿਓ ਚੰਗਾ ਕੰਮ ਕਰਨਾ ਹੋਵੇ ਬੰਦਾ ਬੜੇ ਵੱਡੇ ਵੱਡੇ ਬੈਨਰ ਲਾਂਦਾ ਹੈ ਪਰ ਖਿਆਲ ਕਰਿਓ দান ਕਰਨਾ ਹੋਵੇ ਤੇ ਬੈਨਰ ਲੱਗਦੇ ਨੇ ਕਦੀ ਵੇਖਿਆ ਕਿਸੇ ਨੇ ਚੋਰੀ ਕਰਨੀ ਹੋਵੇ ਤੇ ਉਹ ਪਹਿਲੋ ਬੈਨਰ ਲਾਵੇ ਵੀ ਕੱਲ ਨੂੰ ਇਸ ਮੁਹੱਲੇ ਚ ਮੈਂ ਚੋਰੀ ਕਰਨ ਜਾਣਾ ਹੈ ਧਿਆਨ ਦੇਣਾ ਜਿਹੜੀ ਬਚਨ ਮੈਂ ਕਹਿ ਰਿਹਾ ਜੇਕਰ ਕਿਸੇ ਬੰਦੇ ਦੀ ਜਾਨ ਬਚ ਜਾਏ ਕਿਸੇ ਡਾਕਟਰ ਦੇ ਵੱਲੋਂ ਉਹਦੀ ਵਡਿਆਈ ਤੇ ਸੰਸਾਰ ਵਿੱਚ ਹੋ ਜਾਂਦੀ ਏ ਪਰ ਜੇਕਰ ਉਹੀ ਡਾਕਟਰ ਕਿਸੇ ਦੀਆਂ ਕਿਡਨੀਆਂ ਕੱਢ ਕੇ ਵੇਚੇ ਕਿਸੇ ਦੇ ਗੁਰਦੇ ਕੱਢ ਕੇ ਵੇਚੇ ਮਾਫ ਕਰਨਾ ਉਹ ਕਿਡਨੀਆਂ ਤੇ ਗੁਰਦੇ ਕੱਢ ਕੇ ਵੇਚਣ ਤੋਂ ਪਹਿਲੇ ਸਿਆਰ ਥੋੜਾ ਲਾਂਦਾ ਵੀ ਮੈਂ ਇਹ ਕੰਮ ਕਰ ਰਿਹਾ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਚੰਗੇ ਕਰਮ ਦੀ ਵਡਿਆਈਏ ਮਾਰੇ ਦੀ ਨਹੀਂ ਬੰਦਾ ਮਾੜਾ ਕਰਮ ਹਮੇਸ਼ਾ ਲੁੱਕ ਕੇ ਕਰਦਾ ਹੈ ਤੇ ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿੰਦੇ ਨੇ ਸਤਗੁਰ ਮੈਂ ਬੜੇ ਕਰਮ ਲੁੱਕ ਕੇ ਕੀਤੇ ਸ਼ੁਭ ਕੇ ਕੀਤੇ ਪਰ ਸਤਗੁਰ ਪੇਖਤ ਸੁਣਤ ਪ੍ਰਭ ਅੰਤਰਜਾਮੀ ਸਤਗੁਰ ਤੂੰ ਵੇਖਦਾ ਵੀ ਹੈ ਤੂੰ ਸੁਣਦਾ ਵੀ ਹੈ ਕਿਉਂ ਕਿਉਂਕਿ ਤੂੰ ਅੰਦਰ ਦੀ ਜਾਣਦਾ ਹੈ ਤੂੰ ਤੂੰ ਬਾਹਰ ਥੋੜਾ ਤੂੰ ਤੇ ਅੰਦਰ ਬੈਠਾ ਹੈ ਸ਼ੀਲ ਧਰਮ ਦਇਆ ਸੁਚਨਾਸ਼ਤ ਮੇਰੇ ਅੰਦਰੋਂ ਚੰਗਾ ਲੋਕਾਈ ਨੂੰ ਦਾਨ ਕਰਨ ਵਾਲੀ ਬਿਰਤੀ ਸ਼ੀਲ ਧਰਮ ਚੰਗਾ ਜਿਹੜਾ ਮੇਰਾ ਜੀਵਨ ਹੈ ਮੇਰੇ ਅੰਦਰ ਦੀ ਚੰਗੀ ਮਰਿਆਦਾ ਜਿਹੜੀ ਹੈ ਜਿਹੜਾ ਮੇਰੇ ਅੰਦਰ ਦਾ ਚੰਗਾ ਜੀਵਨ ਹੈ ਦਇਆ ਸੁਚਨਾਸ਼ਤ ਦਇਆ ਦੀ ਭਾਵਨਾ ਸੁੱਚਮਤਾ ਦੀ ਭਾਵਨਾ ਧਰਮ ਦੀ ਭਾਵਨਾ ਇਹ ਸਭ ਮੇਰੇ ਅੰਦਰੋਂ ਸਤਿਗੁਰੂ ਕਹਿੰਦੇ ਨੇ ਨਾਸ਼ਤ ਨਸ ਗਈ ਖਤਮ ਹੋ ਗਈ ਆਇਓ ਸ਼ਰਨ ਜੀ ਕੇ ਦਾਨੀ 헤 ਜੀਆਂ ਨੂੰ ਦਇਆ ਦੇਣ ਵਾਲੇ ਜੀਆਂ ਦੇ ਉੱਪਰ ਤਰਸ ਕਰਨ ਵਾਲੇ ਮੇਰੇ ਮਾਲਕ ਮੈਂ ਤੇਰੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਸਤਿਗੁਰੂ ਆਇਓ ਸ਼ਰਨ ਜੀ ਕੇ ਦਾਨੀ 헤 ਜੀਆਂ ਤੇ ਦਇਆ ਕਰਨ ਵਾਲੇ ਜੀਆਂ ਦੇ ਦਾਤੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਕਾਰਨ ਕਰਨ ਸਮਰੱਥ ਸ਼ਰੀਦਰ ਸਤਿਗੁਰੂ ਤੂੰ ਸਭ ਕਾਰਨ ਤੇ ਕਰਨ ਦੇ ਸਮਰੱਥ ਹੈ ਭਾਵ ਇਹ ਸਭ ਤੇਰੇ ਹੁਕਮ ਦੀ ਖੇਡ ਹੈ ਸਤਗੁਰੂ ਤੂੰ ਕਿਰਪਾ ਕਰ ਜੇ ਮੈਂ ਭਟਕ ਰਿਹਾ ਇਨਾਂ ਵਿਸ਼ੇ ਵਿਕਾਰਾਂ ਦੇ ਅੰਦਰ ਜੇ ਮੈਂ ਕੱਚੀ ਦੇਹ ਦਾ ਮਾਨ ਕਰਕੇ ਇਹ ਮਾੜੇ ਕਰਮ ਕਰ ਰਿਹਾ ਤੇ ਸਤਗੁਰ ਇਹ ਵੀ ਤੇਰਾ ਹੁਕਮ ਹੈ ਕਿਉਂ ਕਿਉਂਕਿ ਮੈਂ ਕਰ ਸਭ ਕੁਝ ਰਿਹਾ ਆਪਣੀ ਮਰਜ਼ੀ ਨਾਲ ਪਰ ਮੈਂ ਤੇਰੇ ਹੁਕਮ ਨੂੰ ਸਮਝਿਆ ਨਹੀਂ ਐਸੀ ਕਿਰਪਾ ਕਰ 헤 ਜੀਆਂ ਤੇ ਦਇਆ ਕਰਨ ਵਾਲੇ ਸਤਗੁਰੂ ਤੂੰ ਕਰਨ ਤੇ ਕਾਰਨ ਦੇ ਸਮਰਥ ਹੈ ਜੁਗ ਪੈਸੀ ਬਣਾ ਦੇ ਕਿ ਮੇਰੇ ਮਾਲਕ ਜੀ ਮੈਨੂੰ ਇਨਾ ਮਾੜੇ ਕਰਮਾਂ ਦੀ ਸਮਝ ਆ ਜਾਏ ਵੀ ਇਹ ਕਰਮ ਮੇਰੇ ਕਰਨ ਜੋਗ ਨਹੀਂ ਮੇਰਾ ਮਨ ਇਨਾ ਗੱਲਾਂ ਨੂੰ ਮੰਨ ਜਾਏ ਸਤਿਗੁਰ ਧੰਗੁਰ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਹੇ ਦੁਨੀਆ ਦੇ ਉੱਪਰ ਦਇਆ ਕਰਨ ਵਾਲੇ ਮੇਰੇ ਮਾਲਕ ਜੀ ਸ੍ਰੀ ਤਰ ਮਾਇਆ ਦੇ ਪਤੀ ਸਤਿਗੁਰ ਰਾਖ ਲਿਹੁ ਨਾਨਕ ਕੇ ਸੁਆਮੀ ਹੇ ਨਾਨਕ ਦੇ ਸੁਆਮੀ ਪਰੀਪੂਰਨ ਪਰਮਾਤਮਾ ਅਕਾਲ ਪੁਰਖ ਕਿਰਪਾ ਕਰੋ ਇਨੇ ਅਫਗਨਾ ਨਾਲ ਭਰਿਆ ਹੋਇਆ ਮੈਂ ਹਾਂ ਮੈਨੂੰ ਰੱਖ ਲਵੋ ਮੈਨੂੰ ਬਚਾ ਲਵੋ ਇਹਨਾਂ ਅਵਗੁਣਾਂ ਤੋਂ ਬਾਹਰ ਕੱਢ ਲਵੋ ਕਿਉਂਕਿ ਸਤਗੁਰ ਦੁਨੀਆ ਦੇ ਅੰਦਰ ਕੋਈ ਹੋਰ ਥਾਂ ਟਿਕਾਣਾ ਨਹੀਂ ਜਿਸ ਥਾਂ ਤੇ ਮੈਂ ਜਾ ਕੇ ਬੇਨਤੀ ਕਰਾਂ ਜੋਦੜੀ ਕਰਾਂ ਅਸਲ ਵਿੱਚ ਸਾਤਸੰਗਤਿ ਸਬਦ ਦੇ ਅੰਦਰ ਦੋ ਚੀਜ਼ਾਂ ਸਮਝਣ ਵਾਲੀਆਂ ਨੇ ਇੱਕ ਤੇ ਸਾਨੂੰ ਆਪਣੇ ਕਰਮਾਂ ਦੀ ਸਮਝ ਆ ਜਾਏ ਬਾਣੀ ਪੜਾਂਗੇ ਬਾਣੀ ਦੇ ਅੰਦਰੋਂ ਸਤਗੁਰਾਂ ਦਾ ਹੁਕਮ ਸਮਝ ਵਿੱਚ ਆਏਗਾ ਫਿਰ ਸਾਨੂੰ ਆਪਣੇ ਅੰਦਰ ਨੂੰ ਪੜਨ ਦੀ ਜਾਂਚ ਆਏਗੀ ਤੇ ਜਦੋਂ ਅੰਦਰ ਨੂੰ ਪੜਨ ਦੀ ਜਾਂਚ ਆ ਗਈ ਫਿਰ ਉਸ ਕਰਤੇ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਤੇ ਉਹਦੇ ਹੁਕਮ ਨੂੰ ਫੋਲੋ ਕਰਕੇ ਹਮੇਸ਼ਾ ਚੰਗੇ ਕਰਮਾਂ ਵੱਲ ਆਪਣੇ ਮਨ ਨੂੰ ਪ੍ਰੇਰਾਂਗੇ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਹੇ ਜੀਆਂ ਤੇ ਦਇਆ ਕਰਨ ਵਾਲੇ ਸਤਿਗੁਰੂ ਹੇ ਨਾਨਕ ਦੇ ਸਵਾਮੀ ਕਿਰਪਾ ਕਰ ਮੇਰੇ ਅੰਦਰੋਂ ਸੀਲ ਧਰਮ ਦਇਆ ਸੁਚਨਾਸ਼ਿਤ ਸਭ ਕੁਝ ਖਤਮ ਹੋ ਗਿਆ ਹੈ ਰਹਿਮਤ ਕਰੋ ਮੈਨੂੰ ਆਪਣੇ ਉਪਦੇਸ਼ ਨਾਲ ਜੋੜੋ ਤਾਂ ਕਿ ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਏ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਆਪਣੇ ਨਾ ਪਾਵਨ ਬਚਨਾਂ ਨੂੰ ਸਮਝਣ ਦੇ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਇਹ ਪਹਿਲਾ ਸਬਈਆ ਸਾਧ ਸੰਗਤ ਜੀ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਆਪਣੀ ਬਾਣੀ ਨੂੰ ਸਮਝਣ ਵਿਚਾਰਨ ਔਰ ਬਾਣੀ ਅਨੁਸਾਰ ਜੀਵਨ ਜਿਉਣ ਦਾ ਬਲ ਬਖਸ਼ਣ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰਜੀ ਕਾ ਖਾਲਸਾ